ਹਾਂਜੀ ਉਧਰੋਂ ਆਇਆ ਮੈਂ, ਬਹੁਤ ਤਕਲੀਫ ਵਿੱਚ ਆ। ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਧਰਤੀ 'ਤੇ ਸੁੱਖ ਵਰਤੇ। ਪੰਜਾਬੀ ਕਿਸਾਨ ਕਿਸਾਨੀ ਪੰਜਾਬੀਅਤ ਸਾਡੇ ਸਾਰੇ ਭੈਣ ਭਾਈ ਆ। ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਕਿਸਾਨ ਰਿਜਕ ਦਾਤਾ ਆ। ਜਲਦੀ ਵਾਪਸ ਆਉਣ ਹਰ ਮੌਸਮ ਨਾਲ ਲੜਨ ਵਾਲੀਆਂ ਹਸਤੀਆਂ, ਆਪੋ ਆਪਣੇ ਘਰ ਰਹਿਣ, ਸ਼ਾਂਤੀ ਨਾਲ ਵਸਣ, ਘੁੱਗ ਵਸਣ। ਸਰ ਇੱਕ ਖਲੋਰੀ ਬੋਰਡਰ 'ਤੇ ਨੌਜਵਾਨ ਦੀ ਮੌਤ ਵੀ ਹੋਈ ਹੈ ਕੱਲ੍ਹ, ਕਿੱਦਾਂ ਦੇਖ ਰਹੇ ਹੋ ਜੀ ਉਹਨਾਂ ਦੇ ਪਰਿਵਾਰ ਨਾਲ ਮਿਲੋਂਗੇ? ਮਾਵਾਂ ਦੇ ਮਾਂ ਬਾਪ ਨੂੰ ਹੀ ਪਤਾ ਹੁੰਦਾ ਪੋਟਾ ਪੋਟਾ ਕਰਕੇ ਜਦੋਂ ਬੱਚੇ ਨੂੰ ਪਾਲਿਆ ਜਾਂਦਾ, ਅਤੇ ਕੌਣ ਆ ਬੰਦਾ ਦੁਨੀਆ 'ਤੇ ਜਿਹਨੂੰ ਕਿਸੇ ਦੇ ਪੁੱਤ ਮਰਨ ਦਾ ਦੁੱਖ ਨਾ ਹੋਵੇ। ਅਸੀਂ ਧੀਆਂ ਪੁੱਤਾਂ ਵਾਲੇ ਅਹਿਲੇ ਔਲਾਦ ਲੋਕ ਹਾਂ, ਅਸੀਂ ਰਿਲੇਟ ਕਰ ਸਕਦੇ ਹਾਂ। ਬਹੁਤ ਤਕਲੀਫ ਦੇ ਆ, ਇਸੇ ਲਈ ਮੈਂ ਅਰਦਾਸ ਕਰ ਰਿਹਾ ਇਹ ਸੱਚਾ ਪਾਤਸ਼ਾਹ। ਇਹ ਤਾਂ ਸਤਿਗੁਰਾਂ ਸੂਫੀਆਂ ਗੁਰੂਆਂ ਦੀ ਧਰਤੀ, ਪੀਰਾਂ ਪੈਗੰਬਰਾਂ ਦੀ, ਕਲਾਕਾਰਾਂ ਫਨਕਾਰਾਂ ਪਹਿਲਵਾਨਾਂ ਐਕਟਰਾਂ ਦੀ, ਸ਼ਾਇਰਾਂ ਸਾਹਿਤਕਾਰਾਂ ਦੀ। ਇੱਥੇ ਅਮਨ ਹੀ, ਅਮਨ ਦਾ ਹੀ ਮੈਸੇਜ ਆਵੇ, ਮੁਹੱਬਤ ਦਾ ਮੈਸੇਜ ਆਵੇ ਤਾਂ ਇਹ ਅੱਛੀ ਗੱਲ ਆ। ਸਰ ਦੇਖਿਆ ਜੀ ਹਰਿਆਣਾ ਤੋਂ ਮਤਲਬ ਗੋਲੀਬਾਰੀ ਵੀ ਸਿੱਧੀ ਹੋ ਰਹੀ ਹੈ, ਕਿਸਾਨਾਂ ਦੇ ਕਾਫੀ ਹਮਲੇ ਹੋ ਰਹੇ ਆ, ਫਿਰ ਵੀ ਆਪਣਾ ਬਚਾਅ ਕੀਤਾ ਕਿਸਾਨਾਂ ਨੇ ਕੱਲ੍ਹ ਪਰਾਲੀ ਸਾੜ ਕੇ ਵੀ, ਜੋ ਕਿ ਲਗਾਤਾਰ ਚੱਲੀ ਆ ਰਿਹਾ, ਕਿ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਕਿਸਾਨਾਂ? ਮਾਲਕ ਆਸਾਨੀਆਂ ਦੇਵੇ, ਦਾਤਾ ਜਲਦੀ ਵਾਈਂਡ ਅਪ ਕਰੇ। ਪਿਛਲੀ ਵਾਰੀ ਵੀ ਮੈਂ ਇਹੀ ਕਹਿੰਦਾ ਸੀ, ਹੁਣ ਵੀ ਮੈਂ ਇਹੀ ਕਹਿੰਦਾ, ਮੈਂ ਅਰਦਾਸ ਵੀ ਕਰਦਾ, ਮੈਂ ਕੋਸ਼ਿਸ਼ ਵੀ ਕਰਦਾ ਹੁੰਦਾ। ਇਹ ਨਹੀਂ ਕਿ ਮੈਂ ਕੋਸ਼ਿਸ਼ ਨਹੀਂ ਕਰਦਾ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਮੈਂ ਇੱਕ ਜਮਾਤ ਦਾ MP ਹਾਂ ਜਾਂ ਮੈਂਬਰ ਪਾਰਲੀਮੈਂਟ ਸੰਸਦ ਹਾਂ। ਮੇਰੀ ਜੋ ਡਿਊਟੀ ਬਣਦੀ ਆ, ਮੈਂ ਵਿਦਆਊਟ ਐਨੀ ਡਿਲੇ ਮੈਸੇਜ ਦਿੰਦਾ। ਉਹਦੇ ਵਿੱਚ ਪਿਛਲੀ ਵਾਰੀ ਜਿਹੜੇ ਜਿੰਨੇ ਵੀ ਕਿਸਾਨ ਲੀਡਰ ਸੀ, ਉਹਨਾਂ ਦੀ ਮਾਲਕ ਹਯਾਤੀ ਕਰੇ ਲੰਬੀ ਉਮਰ, ਉਹ ਇਸ ਟਾਈਮ ਚੜ੍ਹਦੀ ਕਲਾ ਜਿੰਦਾ ਨੇ, ਪੁੱਛ ਸਕਦੇ ਕਿ ਹੰਸਰਾਜ ਹੰਸ ਦਾ ਕੀ ਰੋਲ ਸੀ ਪਿਛਲੀ ਵਾਰੀ। ਐਤਕੀ ਵੀ ਲੱਗੇ ਹੋਏ ਆ, ਵਾਈਂਡ ਅਪ ਜਲਦੀ ਹੋਵੇ। ਇਹ ਨਹੀਂ ਕਿ ਨਿਰੀਆਂ ਗੱਲਾਂ ਹੀ, ਇਹ ਪ੍ਰੈਕਟੀਕਲੀ ਮੈਂ ਕੋਸ਼ਿਸ਼ ਵੀ ਕਰਦਾ ਹੁੰਦਾ, ਲੇਕਿਨ ਜੇ ਤੁਸੀਂ ਮੈਨੂੰ ਨਾ ਘੇਰਦੇ ਤਾਂ ਮੈਂ ਪੜਦੇ ਨਾਲ ਨਿਕਲ ਜਾਂਦਾ। ਇਹ ਹੈ, ਜਦੋਂ ਤੂੰ ਗਾਉਂਦਾ ਸੀ ਤਾਂ ਮੇਰੀਆਂ ਖਬਰਾਂ ਮੈਂ ਬੜਾ ਮੀਡੀਆ 'ਚ ਰਹਿੰਦਾ ਸੀ। ਜਦੋਂ ਦਾ ਮੈਂ ਸਿਆਸਤ 'ਚ ਆਇਆ ਤਾਂ ਮੈਨੂੰ ਇਹ ਲੱਗਦਾ ਹੁੰਦਾ ਯਾਰ ਮੇਰੀ ਲਾਈਨ ਤਾਂ ਹੈ ਨਹੀਂ ਗੀ, ਕੋਈ ਪਰਾ ਲਫਜ਼ ਮੈਨੂੰ ਲੈ ਹੀ ਆ, ਅਤੇ ਮੈਂ ਕੋਈ ਐਸਾ ਨਾ ਬੋਲਵਾਂ ਕਿ ਆਪਣੀਆਂ ਜੜ੍ਹਾਂ 'ਚ ਆਪ ਹੀ ਬਹਿ ਜਾਈਏ। ਇਹ ਮੁਸ਼ਕਿਲ ਹੈ ਨਾ ਥੋੜ੍ਹਾ ਲਾਈਨ, ਇਸ ਕਰਕੇ ਮੈਂ ਕਿਸਾਨਾਂ ਦੀਆਂ ਡਿਮਾਂਡਸ ਜਾਇਜ਼ ਜਾਂ ਨਹੀਂ ਜਾਇਜ਼? ਹਾਂਜੀ, ਜਿਹੜੀਆਂ ਕਿਸਾਨ ਡਿਮਾਂਡਸ ਕਰ ਰਹੇ ਆ, ਹਾਂਜੀ, ਉਹ ਜਾਇਜ਼ ਹੈ ਕਿ ਨਹੀਂ ਜਾਇਜ਼? ਨਹੀਂ ਜਾਇਜ਼ ਹੈ, ਪੂਰਾ ਸਾਥ ਦੇ ਦਿੰਦੇ ਹਰ ਵਕਤ ਸਾਥ ਦੇਣਾ ਚਾਹੀਦਾ। ਮੈਂ ਤਾਂ ਕਰਜ਼ਦਾਰ ਹਾਂ ਹਰ ਪੰਜਾਬੀ ਦਾ, ਕੁਛ ਨਾ ਕੁਛ ਦੇਣਾ। ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਮੇਰੇ ਆਪਣੇ ਭੈਣ ਭਾਈ ਆ। ਮੈਂ ਛੱਪੜ ਕੰਡੇ ਮੇਰਾ ਜਨਮ ਹੋਇਆ ਯਾਰ, ਉੱਥੋਂ ਉੱਠ ਕੇ ਸਭ ਤੋਂ ਗਰੀਬ ਪਰਿਵਾਰ ਮੈਂ। ਮੇਰੇ ਮਤਲਬ ਕਿਸਾਨ ਕਿਸੇ ਕਾਸਟ ਦਾ ਨਾਂ ਥੋੜ੍ਹੀ ਹੈ। ਮੇਰਾ ਪਿਓ ਹਲ ਵਜਾਉਂਦਾ, ਮੈਂ ਫਲਿਆਂ ਦੇ ਵੇਲੇ ਦਾ ਬੰਦਾ ਯਾਰ, ਹਲ ਤੋਂ ਵੀ ਪਹਿਲਾਂ ਦਾ। ਅਤੇ ਮੈਨੂੰ ਤਾਂ ਵੈਸੇ ਧਰਤੀ ਦੇ ਪੁੱਤਰ, ਅਸੀਂ ਨੰਗੇ ਪੈਰਾਂ ਕਣਕ ਦੇ ਵੱਢ 'ਚ ਤੁਰੇ ਹੋਏ, ਹਰ ਮੌਸਮ ਨਾਲ ਲੜੇ ਹੋਏ, ਮੈਨੂੰ ਕਿਉਂ ਨਾ ਦਰਦ ਹੋਏਗਾ? ਕੀ ਲੱਗਦਾ ਕੇਂਦਰ ਸਰਕਾਰ ਇੰਨੀ ਲੇਟ ਕਿਉਂ ਕਰ ਰਹੀ ਹੈ ਫਿਰ ਕਿਸਾਨਾਂ ਦੇ ਮਾਮਲੇ 'ਚ? ਨਹੀਂ, ਕੋਸ਼ਿਸ਼ ਦੇਖੋ, ਜਦੋਂ ਸਰਕਾਰ ਤੋਂ ਬਾਹਰ ਹੁੰਦੇ ਤੁਸੀਂ ਦੇਖਿਆ ਸਾਰੇ ਕਿੱਡੇ ਕਿੱਡੇ ਲੀਡਰ ਬਿਆਨ ਦਿੰਦੇ ਆ, ਜਦੋਂ ਐਡੇ ਸਾਰੇ ਮੁਲਕ ਦਾ ਨਿਜ਼ਾਮ ਚਲਾਉਣਾ, ਕਈ ਟੈਕਨੀਕੈਲਿਟੀਜ਼ ਹੁੰਦੀਆਂ ਆ, ਕਿੰਨੀਆਂ ਸਟੇਟਸ ਆ, ਕਿੰਨੇ ਲੋਕ ਆ, ਕਿੰਨੀ ਆਬਾਦੀ ਆ, ਕਿਹੜਾ ਲੀਡਰ ਚਾਹੁੰਦਾ ਕਿ ਮੇਰੀ ਬੱਲੇ ਬੱਲੇ ਨਾ ਹੋਵੇ? ਕਿਹੜਾ ਲੀਡਰ ਚਾਹੁੰਦਾ ਕਿ ਮੇਰੀ ਨਿੰਦਿਆ ਹੋਵੇ? ਫਿਰ ਮੋਦੀ ਸਾਹਿਬ ਵਰਗੀ ਹਸਤੀ ਤਾਂ ਇੰਟਰਨੈਸ਼ਨਲ ਪਾਪੂਲਰ ਆ, ਲੇਕਿਨ ਅੱਗੇ ਵੀ ਉਹਨਾਂ ਨੇ ਦੇਖੋ ਗੁਰੂ ਨਾਨਕ ਸਾਹਿਬ ਦੇ ਜਨਮ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ
ਜਨਮ ਦਿਵਸ 'ਤੇ ਉਹਨਾਂ ਨੇ ਮਾਫ਼ੀ ਮੰਗੀ ਔਰ ਜੋ ਕਿਹਾ ਉਹ ਹੋ ਗਿਆ। ਉਦੋਂ ਕਿਤੇ ਮਹੀਨਾ ਕੁ ਬਹਿ ਜਾਂਦੇ ਨਾ, ਹੋਰ ਤਾਂ ਨਜ਼ਾਰਾ ਵੱਧ ਜਾਂਦਾ। ਸਰ ਦੇਖੋ, ਪੰਜਾਬ ਦੇ ਵਿੱਚ ਮਾਨ ਸਰਕਾਰ ਕਹਿ ਰਹੀ ਹੈ ਵੀ ਅਸੀਂ ਪੂਰਾ ਸਮਰਥਨ ਦੇ ਰਹੇ ਹਾਂ ਅਤੇ ਐਂਬੂਲੈਂਸਾਂ ਦੀ ਵੀ ਪੂਰੀ ਸਹੂਲਤ ਦਿੱਤੀ ਹੈ, ਔਰ ਜੇ ਬੋਰਡਰਾਂ 'ਤੇ ਵੀ ਪੂਰੀ ਇਹ ਨਾਲ ਉਹਨਾਂ ਦੇ ਚੱਲ ਰਹੇ ਹੋਈ ਉਹ ਮੀਟਿੰਗਾਂ ਵੀ ਕਰ ਰਹੇ ਨੇ, ਅੱਜ ਵੀ ਜਿਹੜੀ ਮੀਟਿੰਗ ਹੈ। ਹਾਂਜੀ, ਮੀਟਿੰਗ ਸਿਰੇ ਚੜ੍ਹੇ, ਜਲਦੀ ਘਰਾਂ ਨੂੰ ਪਰਤਣ, ਮੰਗਾਂ ਮੰਨੀਆਂ ਜਾਣ, ਅਤੇ ਫਿਰ ਹੀ ਢਿੱਡੋਂ ਤਾਂ ਮੈਂ ਗਵਈਆਂ ਆ ਨਾ, ਫਿਰ ਮੇਰੇ ਸੁਰ ਵੀ ਅਦਰਵਾਈਜ਼ ਮਰ ਜਾਂਦੇ ਆ, ਫਿਰ ਜ਼ਿੰਦਾ ਹੋ ਜਾਣਗੇ, ਫਿਰ ਆਪਾਂ ਇਹਨੂੰ ਸੈਲੀਬ੍ਰੇਟ ਕਰਾਂਗੇ। ਜਿਹੜਾ ਭਾਰਤ ਸਰਕਾਰ ਨੂੰ ਧਮਕੀ ਦਿੱਤੀ ਗਈ ਕਿ ਅਸੀਂ ਰਾਜਪਾਲ ਸ਼ਾਸਨ ਲਾ ਦਾਂਗੇ, ਜਾਇਜ਼ ਹੈ ਜੀ? ਮੈਨੂੰ ਪਤਾ ਨਹੀਂ ਇਸ ਲਈ।